ਮੇਰਾ ਜੱਦੀ ਕੰਮ ਦਾ ਵੀਰ ਜੀ ਲੱਕੜ ਦਾ, ਔਰ ਆਪਣੇ ਸ਼ੌਂਕ ਨੂੰ ਪਾਲਦੇ ਹੋਇਆ ਪਹਿਲਾਂ ਮੈਂ ਹਰੀ ਮਸੀਤ ਗੁਰਦਾਸਪੁਰ ਦੇ ਵਿੱਚ ਬਤੌਰ ਰਾਵਣ 25 ਸਾਲ ਕਿਰਦਾਰ ਨਿਭਾਇਆ, ਔਰ ਉਹਦੇ ਨਾਲ ਹੀ ਸ਼ੌਂਕ ਦੇ ਪੈਣ ਦੇ ਨਾਲ ਨਾਲ ਇਹ ਤਸਵੀਰਾਂ ਦਾ ਕੰਮ ਆ ਮੈਂ ਥੋੜ੍ਹਾ ਪਠਾਨਕੋਟ ਤੋਂ ਸਿੱਖਿਆ, ਕੁਛ ਇਹਨਾਂ ਦੀ ਕਿਰਪਾ, ਔਰ ਰਿਜ਼ਲਟ ਤੁਹਾਡੇ ਸਾਹਮਣੇ ਆ। ਕੁਝ 10-12 ਸਾਲ ਤੋਂ ਮੈਂ ਗੁਰਦਾਸਪੁਰ ਇਹ ਕੰਮ ਕਰ ਰਿਹਾ। ਸਾਡੇ ਵੱਡੇ ਭਾਈ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਰਿਆੜ ਪ੍ਰਧਾਨ ਦੀ ਦਸਾਰ ਦੀ ਗੁਰਦਾਸਪੁਰ ਦੁਸਹਿਰਾ ਮੇਲਾ ਕਮੇਟੀ ਕਲੱਬ ਗੁਰਦਾਸਪੁਰ ਦੇ ਨਾਲ ਮੇਰੇ 2016 ਤੋਂ ਸੰਪਰਕ ਨੇ, ਬਹੁਤ ਵਧੀਆ ਸੰਬੰਧ ਚੱਲਦੇ ਆ ਰਹੇ ਨੇ। ਅੱਜ ਤੱਕ ਮੈਂ ਜਿੰਨੀਆਂ ਵੀ ਮੂਰਤੀਆਂ ਬਣਾਈਆਂ, ਮੇਰੀ ਖੁਸ਼ੀ ਹੁੰਦੀ ਕਿ ਹਰ ਸਾਲ ਹੀ ਕੋਈ ਨਵੀਂ ਚੀਜ਼ ਪੇਸ਼ ਕਰਾਂ, ਔਰ ਪਿਛਲੇ ਸਾਲ ਨੂੰ ਇਹ ਤਸਵੀਰਾਂ ਹੋਰ ਥੋੜ੍ਹੀ ਮੈਂ ਚੇਂਜ ਕਰਕੇ ਬਣਾਈਆਂ ਨੇ। ਜੇ ਮਾਲਕ ਨੇ ਮਿਹਰ ਕੀਤੀ ਤਾਂ ਅਗਾਂਹ ਤੋਂ ਵੀ ਹੋਰ ਇਹਦੇ ਵਿੱਚ ਜ਼ਿਆਦਾ ਜਿਸ ਤਰ੍ਹਾਂ ਇਹ ਕਿਰਪਾ ਕਰਨਗੇ ਉਸ ਤਰ੍ਹਾਂ ਮਿਹਨਤ ਕਰਕੇ ਹੋਰ ਚੀਜ਼ਾਂ ਪੇਸ਼ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ। ਹਰ ਸਾਲ ਬਣਾਉਂਦੇ ਹੋ ਪੁਤਲੇ, ਕਿੰਨੇ ਕੁ ਆਰਡਰ ਆਉਂਦੇ ਆ ਹਰ ਸਾਲ? ਵੀਰ ਜੀ ਪਿਛਲੇ ਸਾਲ ਮੇਰੇ ਕੋਲ 15 ਮੂਰਤੀਆਂ ਦੇ ਆਰਡਰ ਸੀ, ਲੇਕਿਨ ਇਸ ਸਾਲ ਮੈਂ ਸਿਰਫ 7 ਹੀ ਮੂਰਤੀਆਂ ਬਣਾ ਰਿਹਾ, ਕਿਉਂਕਿ ਮੇਰੀਆਂ ਮੂਰਤੀਆਂ ਕੋਸਟਲੀ, ਤੁਹਾਨੂੰ ਪਤਾ ਹਰ ਚੀਜ਼ ਮਹਿੰਗੀ ਆ, ਅਤੇ ਬਾਹਰ ਦੀਆਂ ਜਿਹੜੇ ਹੈਗੇ ਆ ਲੋਕ ਇੰਨੇ ਪੈਸੇ ਖਰਚਦੇ ਨਹੀਂ, ਇਸ ਕਰਕੇ ਮੈਂ ਉਹਨਾਂ ਦਾ ਕੰਮ ਕਰਨਾ ਜਿਹੜਾ ਉਹ ਸਮਾਪਤ ਕਰ ਦਿੱਤਾ। ਮਹਿੰਗਾਈ ਦੀ ਗੱਲ ਕੀਤੀ ਹੈ, ਮਹਿੰਗਾਈ ਨਾਲ ਪੁਤਲਿਆਂ ਦੇ ਕੱਦ 'ਤੇ ਵੀ ਫਰਕ ਪਿਆ ਕੋਈ? ਬਿਲਕੁਲ ਵੀਰ ਜੀ, ਇਹ ਤਾਂ ਉਹ ਗੱਲ ਆ ਗਈ ਨਾ ਕਿ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ। ਪ੍ਰੈਫਰ ਭਾਜੀ ਪੁਤਲੇ ਨੂੰ ਨਹੀਂ ਕਰਦੀਆਂ, ਪ੍ਰੈਫਰ ਹੈਗੀ ਹੈ ਪੈਸੇ ਨੂੰ। ਬਾਹਰ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਕਹਿੰਦੀਆਂ 25-30 ਹਜ਼ਾਰ ਦੇ ਵਿੱਚ ਮੂਰਤੀ ਮਿਲ ਜਾਵੇ, ਫਿਰ ਉਹ ਸਾਈਜ਼ ਵੀ ਉਨਾ ਕੀ ਮਿਲਣਾ। ਕੀ ਕੀ ਮਟੀਰੀਅਲ ਪੈਂਦਾ ਇਹਦੇ 'ਚ? ਮਟੀਰੀਅਲ ਤਾਂ ਵੀਰ ਜੀ ਹੁਣ ਬਾਹਰ ਜੋ ਵਰਤਦੇ ਨੇ ਉਹ ਤਾਂ ਦੇਖੋ ਕਾਗਜ਼ ਵਗੈਰਾ ਅਤੇ ਪੁਰਾਣੀਆਂ ਸਾੜੀਆਂ ਵਰਤਦੇ ਨੇ, ਅਸੀਂ ਸਪੈਸ਼ਲ ਵਿਮਲ ਦਾ ਕੱਪੜਾ ਵਰਤਦੇ ਹਾਂ, ਚਵਾੜੀ ਦਾ ਬਾਂਸ ਵਰਤਦੇ ਹਾਂ, ਔਰ ਪੇਂਟ ਵਗੈਰਾ ਸਪੈਸ਼ਲ ਹੁੰਦੇ ਨੇ, ਕਾਰੀਗਰ ਲੱਗੇ ਉਹ ਵੀ ਸਪੈਸ਼ਲ ਨੇ, ਹਰ ਬੰਦੇ ਦੀ ਕੁਛ 700 ਕਿਸੇ ਦੀ 600 ਤਾਂ ਮਤਲਬ ਕਿ 500 ਤੋਂ ਸਰਕ ਦੀ ਮਤਲਬ ਕਿ ਸੇਲ ਉੱਪਰ ਆ। ਰਾਵਣ ਦਾ ਕਿਰਦਾਰ ਨਿਭਾਉਂਦੇ ਰਹੇ ਹੋ, ਹੁਣ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਬਣਾ ਰਹੇ ਹੋ, ਕੀ ਸੋਚ ਕੇ ਮਤਲਬ ਕਿਰਦਾਰ ਤੋਂ ਇੱਕਦਮ ਇੱਧਰ ਡਾਇਵਰਟ ਹੋਏ ਹੋ? ਕਿਰਦਾਰ ਤੋਂ ਮੈਂ ਇੱਦਾਂ ਡਿਵਰਟ ਹੋਇਆ ਕਿ ਜਦੋਂ ਅਸੀਂ ਉਸ ਟਾਈਮ ਦੇ ਉੱਤੇ ਦੁਸਹਿਰਾ ਗਰਾਊਂਡ ਜਾਂਦੇ ਰਹੇ ਹਾਂ, ਉਹ ਸਾਨੂੰ ਉਹ ਚੀਜ਼ ਨਹੀਂ ਲੱਭਦੀ ਰਹੀ ਕਿ ਜੋ ਅਸੀਂ ਮੰਝ ਦੇ ਉੱਪਰ ਕਲਾਕਾਰ ਨੂੰ ਅਸੀਂ ਤਿਆਰ ਕਰਕੇ ਚੜ੍ਹਾਉਂਦੇ ਹਾਂ, ਉਹ ਸਰੂਪ ਸਾਨੂੰ ਦੁਸਹਿਰਾ ਗਰਾਊਂਡ 'ਚ ਨਹੀਂ ਲੱਭਦਾ ਰਿਹਾ। ਹੁਣ ਜਿਹੜੀ ਅਸੀਂ ਚੀਜ਼ ਤਿਆਰ ਕਰਦੇ ਹਾਂ ਇਹਦੇ ਵਿੱਚ ਸਾਨੂੰ ਇਹ ਆਪਣੇ ਜਿਹੜੇ ਕਿ ਵੱਡ ਵਡੇਰੇ ਲੱਗਦੇ, ਆਪਣਾ ਮਤਲਬ ਲੱਗਦਾ ਕਿ ਇੱਦਾਂ ਦਾ ਸਰੂਪ ਹੋਣਾ ਚਾਹੀਦਾ। ਬਿਲਕੁਲ, ਤਾਂ ਕਰਕੇ ਕਿਉਂਕਿ ਮੈਂ ਜ਼ਿਆਦਾ ਤਾਂ ਨਹੀਂ ਕੁਛ ਸੁਣਿਆ ਹੈ ਕਿ ਗੁਰਬਾਣੀ ਦੇ ਵਿੱਚ ਵੀ ਰਾਵਣ ਬਾਰੇ ਲਿਖਿਆ ਕਿ ਅਤ ਕੁਲੀਨ, ਕਿ ਐਡਾ ਉਹ ਸੋਹਣਾ ਅਤ ਕੁਲੀਨ ਸੁੰਦਰ ਰੂਪਵੰਤ ਸੀਗਾ, ਉਹ ਇੰਨੇ ਧਨ ਦਾ ਉਹਦਾ ਮਾਲਕ, ਔਰ ਉਹਦਾ ਅਸੀਂ ਚਲਾ ਵਿਗਾੜ ਕੇ ਬੇਢੰਗਾ ਬਣਾ ਲਈਏ ਤਾਂ ਉਹ ਸ਼ੋਭਾ ਨਹੀਂ ਦਿੰਦਾ। ਗੁਰਬਾਣੀ ਦੀ ਗੱਲ ਕੀਤੀ ਹੈ, ਕੁਛ ਲੋਕ ਅੱਜ ਕੱਲ੍ਹ ਮੌਕਾ ਲੱਭਦੇ ਹੈ ਦੂਸਰੇ ਧਰਮ ਦਾ ਅਨਾਦਰ ਕਰਨ ਜਾਂ ਲੜਾਈ ਲਵਾਉਣ ਦਾ ਜਾਂ ਇੱਦਾਂ ਦੇ ਦੰਗੇ ਵਗੈਰਾ, ਤੁਹਾਨੂੰ ਕਦੀ ਔਖੜ ਨਹੀਂ ਆਈ ਸਿੱਖ ਹੁੰਦੇ ਨਾਲ ਤੇ ਕਦੀ? ਵੀਰ ਜੀ ਨਹੀਂ, ਕਿਉਂਕਿ ਦੇਖੋ ਗੁਰਬਾਣੀ ਕਦੀ ਕਿਸੇ ਨੂੰ ਗਲਤ ਨਹੀਂ ਕਰਦੀ, ਚੰਦ ਸ਼ਰਾਰਤੀ ਲੋਕ ਅਨਸਰ ਹੁੰਦੇ ਨੇ ਕਿ ਜੋ ਕਿ ਇਸੇ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਨੇ, ਕਿਉਂਕਿ ਗੁਰੂਆਂ ਪੀਰਾਂ ਨੇ ਵੀ ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੀ ਬਾਣੀ ਆ, ਹਿੰਦੂ ਭਗਤਾਂ ਦੀ ਬਾਣੀ ਵੀ ਆ, ਮੁਸਲਿਮ ਭਗਤਾਂ ਦੀ ਬਾਣੀ ਵੀ ਹੈ, ਹੋਰ ਵੀ ਭਗਤਾਂ ਦੀਆਂ ਬਾਣੀਆਂ ਨੇ, ਬਾਣੀ ਕਦੀ ਕਿਸੇ ਦਾ ਵਿਰੋਧ ਨਹੀਂ ਕਰਦੀ, ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਆ। ਮੈਂ ਵੀ ਇਹ ਕਹਿਣਾ ਚਾਹਾਂਗਾ ਕਿ ਸਾਰੇ ਵੈਰ ਵਿਰੋਧ ਛੱਡ ਕੇ ਜਿੱਦਾਂ ਆਪਾਂ ਪੁਰਾਤਨ ਤੋਂ ਸਾਰੇ ਰਲ ਮਿਲ ਕੇ ਹਰ ਧਰਮ ਇੱਕ ਦੂਜੇ ਦਾ ਸਾਥ ਦੇ ਕੇ ਸਾਂਝੀਵਾਲਤਾ ਦੇ ਨਾਲ ਤਿਉਹਾਰ ਮਨਾਉਂਦਾ ਰਿਹਾ ਵਾ, ਇਸ ਤਰ੍ਹਾਂ ਹੀ ਅੱਗੇ ਜਿਹੜਾ ਹੈਗਾ ਉਹ ਅਸੀਂ ਰਲ ਮਿਲ ਕੇ ਮਨਾਈਏ, ਚਾਹੀ ਉਹ ਹਿੰਦੂਆਂ ਦਾ ਤਿਉਹਾਰ ਹੋਏ, ਮੁਸਲਮਾਨਾਂ ਦਾ ਹੋਏ, ਸਿੱਖਾਂ ਦੇ ਗੁਰਪੁਰਬ ਹੋਣ, ਚਾਹੇ ਹਿੰਦੂਆਂ ਦਾ ਕ੍ਰਿਸਚਨ ਦਾ ਜਿਹੜਾ ਹੈਗਾ ਉਹ ਕ੍ਰਿਸਮਿਸ ਹੋਵੇ, ਸਾਰੇ ਹੀ ਰਲ ਮਿਲ ਕੇ ਇੱਕ ਦੂਜੇ ਦਾ ਤਿਉਹਾਰ ਮਨਾਉਣ, ਇਸੇ ਗੱਲ ਦੇ ਵਿੱਚ ਹੀ ਬਹੁਤ ਖੁਸ਼ੀ ਜਿਹੜੀ ਆ। ਤੁਸੀਂ ਇਹ ਕਰਕੇ ਵੇਖੋ ਸਰ, ਤੁਹਾਡਾ ਇਹ ਜੀਵਨ ਹੀ ਸਾਰੇ ਲੋਕਾਂ ਦਾ ਬਦਲ ਜਾਵੇਗਾ। ਆਖਰੀ ਸਵਾਲ ਹੈ, ਅਕਸਰ ਦੇਖਿਆ ਗਿਆ ਜਿਸਦੇ ਪੁਤਲੇ ਪੂਰੇ ਫੂਕੇ ਵੀ ਨਹੀਂ ਜਾਂਦੇ, ਅੱਗ ਵੀ ਨਹੀਂ ਪੂਰੀ ਤਰ੍ਹਾਂ ਲੱਗਦੀ, ਅਤੇ ਲੋਕ ਲੱਕੜੀ ਚੁੱਕਣ ਨੂੰ ਪੈਂਦੇ ਆ, ਡੰਡੇ ਬਾਂਸ ਦੇ ਬਾਂਸ ਤੋੜ ਲੈਂਦੇ ਆ, ਸਹੀ ਹੈ, ਕੀ ਕਾਰਨ ਹੈ ਇਹਦੇ ਵਿੱਚ? ਦੇਖੋ ਇਹ ਤਾਂ ਜੋ ਇਹਦੀ ਪੁਰਾਤਨ ਮਰਿਆਦਾ ਵਾ ਕਿ ਇਹਦਾ ਸਰੀਰ ਸੰਪੂਰਨ ਅਗਨ ਪੇਂਟ ਹੋਣ ਦੇ ਬਾਅਦ ਹੀ ਲੋਕ ਇਹਦੀਆਂ ਅਸਥੀਆਂ ਲੈਂਦੇ ਸੀਗੇ, ਕਿ ਜਦੋਂ ਤੱਕ ਇਨਸਾਨ ਦਾ ਸਰੀਰ ਅਗਨ ਪੇਂਟ ਹੋਣ ਦੇ ਬਾਅਦ ਅਸਥੀਆਂ ਪ੍ਰਗਟ ਹੁੰਦੀਆਂ, ਅਤੇ ਜੇ ਤੁਸੀਂ ਉਹ ਮੁਰਦੇ ਨੂੰ ਤੁਸੀਂ ਅੱਗ ਦੇ ਵਿੱਚੋਂ ਬਾਹਰ ਕੱਢ ਲਓਗੇ ਉਹਦਾ ਸਰੀਰ ਉੱਤੇ ਨਾ ਰਹੇਗਾ ਤਾਂ ਉਹ ਕੀ ਤੁਹਾਨੂੰ ਚੰਗਾ ਲੱਗੂਗਾ? ਤੁਸੀਂ ਇਸ 'ਤੇ ਇਹ ਐਡਾ ਵੱਡੀ ਇਹ ਹਸਤੀ ਹੈ, ਇਹਦੀ ਹਸਤੀ ਦੇ ਨਾਲ ਤੁਸੀਂ ਐਡਾ ਇਹ ਖਰੂਦ ਕਰਨਾ, ਇਹ ਚੰਦ ਸ਼ਰਾਰਤੀ ਲੋਕ ਹੁੰਦੇ ਨੇ ਜਿਹੜਾ ਇਹੋ ਜਿਹਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਇਸ ਦੀ ਮਰਿਆਦਾ ਦਾ ਨਹੀਂ ਪਤਾ। ਹੱਥ ਜੋੜ ਕੇ ਬੇਨਤੀ ਹੈ ਦੁਸਹਿਰਾ ਮੇਲਾ ਕਮੇਟੀਆਂ ਨੂੰ ਵੀ, ਪੁਲਿਸ ਪ੍ਰਸ਼ਾਸਨ ਨੂੰ ਵੀ, ਕਿ ਅਗਨ ਪੇਂਟ ਹੋਣ ਲੱਗਿਆ ਮੂਰਤੀਆਂ ਦੇ
ਜਿੰਨਾ ਚਿਰ ਮੂਰਤੀਆਂ ਸੰਪੂਰਨ ਤੌਰ 'ਤੇ ਅਗਨ ਭੇਂਟ ਨਹੀਂ ਹੋ ਜਾਂਦੀਆਂ, ਹੱਥ ਜੋੜ ਕੇ ਬੇਨਤੀ ਹੈ ਕਿ ਮੂਰਤੀਆਂ ਦੇ ਨੇੜੇ ਕਿਸੇ ਨੂੰ ਨਾ ਜਾਣ ਦਿੱਤਾ ਜਾਵੇ। ਕੀ ਤੁੱਕ ਹੈ, ਕੀ ਰਾਜ ਹੈ ਇਹਦੇ ਪਿੱਛੇ, ਅਸਥੀਆਂ ਮਤਲਬ ਲੱਕੜੀਆਂ ਖੜਨ ਦਾ ਕਾਰਨ? ਇਹ ਪੁਰਾਤਨ ਰਿਵਾਜ ਹੈ ਕਿ ਇਹਦੇ ਵਰਗਾ ਯੋਧਾ ਕਰਮਕਾਂਡੀ ਵੇਦ ਸ਼ਾਸਤਰਾਂ ਦਾ ਗਿਆਤਾ ਕੋਈ ਨਹੀਂ ਹੋਇਆ। ਇਹਦੀਆਂ ਅਸਥੀਆਂ ਦੀ ਮਾਨਤਾ ਇਹ ਆ ਕਿ ਲੋਕ ਜਦੋਂ ਇਹਦੀਆਂ ਅਸਥੀਆਂ ਘਰ ਲੈ ਕੇ ਜਾਂਦੇ ਕਹਿੰਦੇ ਸੀ ਵੀ ਕਿਸੇ ਵੀ ਬੁਰੀ ਚੀਜ਼ ਦਾ ਪ੍ਰਭਾਵ ਘਰ 'ਤੇ ਨਹੀਂ ਪੈਂਦਾ।